ਬੀਬੀ ਰਜਨੀ ਦਾ ਕਾਫੀ ਹੈਗਾ ਪ੍ਰਸੰਗ ਚੱਲ ਰਿਹਾ, ਪਹਿਲਾਂ ਵੀ ਇਸ ਤੇ ਇੱਕ ਫਿਲਮ ਬਣ ਚੁੱਕੀ ਹੈ, ਹੁਣ ਲਗਾਤਾਰ ਚਰਚਾ ਦੇ ਵਿੱਚ ਨੇ, ਹਨਾ। ਲੱਗਦਾ ਸਾਨੂੰ ਵੀ ਹਾਂ, ਜਿਹੜੇ ਉਹਦੇ ਪ੍ਰੋਡਿਊਸਰ ਹੁੰਦੇ ਨੇ ਜਾਂ ਉਸ ਨੂੰ ਫਿਲਮ ਨੂੰ ਬਣਾਉਣ ਵਾਲੇ ਜਾਂ ਜੋ ਵੀ ਉਹਨਾਂ ਦੀ ਟੀਮ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਉਹ ਕੁਝ ਇਤਿਹਾਸਕ ਪੱਖ ਨੂੰ ਛੋਹ ਕੇ ਫਿਲਮਾਂ ਬਣਾਉਂਦੇ ਹੋਣਗੇ ਜਾਂ ਉੱਦਾਂ ਹੀ ਜਿਹੜੀ ਚੀਜ਼ ਸਾਹਮਣੇ ਆਈ ਅਤੇ ਉਹਨਾਂ ਨੇ ਪੜ੍ਹਿਆ ਨਾਵਲ ਅਤੇ ਸਾਹਮਣੇ ਚੇਪ ਦਿੱਤੀ? ਕਾਗੋਂ ਹੰਸ ਕਰੇ, ਬਹੁਤ ਸਾਰੇ ਲੋਕਾਂ ਨੇ ਥੱਲੇ ਇਹ ਵੀ ਕਮੈਂਟ ਕੀਤੇ ਨੇ ਵੀ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿੱਤ ਨਾਤੈ ਕਊਆ ਹੰਸੋ ਹੈ। ਇਹਦਾ ਮਤਲਬ ਲੋਕ ਇਹ ਸਵਾਲ ਪੁੱਛ ਰਹੇ ਨੇ ਵੀ ਹਾਂ, ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ। ਹਾਂ ਲਿਖਿਆ, ਤੇ ਸਾਨੂੰ ਵੀ ਇਹ ਕਲੀਅਰ ਹੋਣਾ ਚਾਹੀਦਾ ਵੀ ਹੈ ਕਾਹਦੇ ਲਈ ਹੈ, ਇਹ ਕਾਂ ਕੌਣ ਹੈ, ਕਿਹੜਾ ਕਾਂ, ਬੰਦਾ ਹੀ ਕਾਂ ਬਣਿਆ ਤਾਂ ਨਹੀਂ ਬਣਿਆ ਹੋਇਆ ਕਿਤੇ। ਇਹਦੇ 'ਚ ਨਾ ਕਈ ਵਾਰੀ ਇੱਦਾਂ ਲੱਗਦਾ ਜਿਵੇਂ ਹੁਣ ਇਹ ਫਿਲਮ ਹੀ ਆਈ ਆ ਕਿ ਇੱਕ ਤਾਂ ਜੋ ਕੁਝ ਉਹਨਾਂ ਨੂੰ ਮਾਰਕੀਟ 'ਚ ਪਸੰਦ ਆਵੇ, ਵੱਧ ਚੱਲੇ, ਉਹਨਾਂ ਨੂੰ ਉਹਨਾਂ ਨੇ ਉਹ ਚੁੱਕਣਾ ਹੁੰਦਾ। ਦੂਜਾ ਕਈ ਵਾਰੀ ਇੱਦਾਂ ਦਾ ਵੀ ਸ਼ੱਕ ਹੁੰਦਾ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ 'ਚ ਪਿੱਛੇ ਕੁਝ ਉਹ ਲੋਕ ਵੀ ਹੁੰਦੇ ਆ ਜਿਹੜੇ ਇਹਨਾਂ ਘਟਨਾਵਾਂ ਦੇ ਰਾਹੀਂ ਜਾਂ ਇਹਨਾਂ ਚੀਜ਼ਾਂ ਦੇ ਰਾਹੀਂ ਆਪਣੇ ਜਿਹੜੇ ਆ ਨਾ ਦੂਰ ਰਸੀ ਜਿਹੜੇ ਨਤੀਜੇ ਕੱਢਣੇ ਚਾਹੁੰਦੇ ਆ। ਉਹ ਗੁਰੂ ਅਮਰਦਾਸ ਉੱਥੇ ਜਾਂਦੇ ਆ, ਜਗ੍ਹਾ ਪਸੰਦ ਕਰਦੇ ਆ, ਪਿੰਡਾਂ ਵਾਲਿਆਂ ਕੋਲ ਜਗ੍ਹਾ ਖਰੀਦੀ ਜਾਂਦੀ ਆ, ਜਗ੍ਹਾ ਖਰੀਦਣ 'ਤੇ ਗੁਰੂ ਰਾਮਦਾਸ ਜੀ ਉੱਥੇ ਉਹ ਉਸਾਰੀ ਸ਼ੁਰੂ ਕਰਵਾਉਂਦੇ ਆ। ਗੁਰੂ ਰਾਮਦਾਸ ਜੀ ਦੇ ਵਾਰੇ ਪਾਰੇ ਦੇ ਵਿੱਚ ਉਹਨਾਂ ਦੀ ਦੇਖ ਰੇਖ 'ਚ ਸਾਰਾ ਉਹ ਉਸਾਰੀ ਅਤੇ ਸਰੋਵਰਾਂ ਦੀ ਪਟਾਈ ਸ਼ੁਰੂ ਹੁੰਦੀ ਆ, ਠੀਕ ਹੈ ਜੀ। ਤਾਂ ਹੁਣ ਉਹ ਜਿਹੜੀ ਰਜਨੀ ਆ ਉਹ ਉੱਥੇ ਜਾ ਕੇ ਉਹਨਾਂ ਨੂੰ ਸੂਚਨਾ ਦੇ ਰਹੀ ਆ ਕਿ ਉੱਥੇ ਇਸ ਜਗ੍ਹਾ ਦੇ ਉੱਤੇ ਆਹ ਕੁਛ ਹੋ ਰਿਹਾ ਜੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਨਹੀਂ ਪਤਾ, ਇਹਦਾ ਮਤਲਬ ਜਿਹੜੇ ਆਲੇ ਦੁਆਲੇ ਵੱਸਦੇ ਪਿੰਡ ਆ ਜਿਨ੍ਹਾਂ ਕੋਲ ਜਗ੍ਹਾ ਖਰੀਦੀ ਉਹਨਾਂ ਨੂੰ ਨਹੀਂ ਕਿਸੇ ਨੂੰ ਵੀ ਪਤਾ, ਇਹ ਸਿਰਫ ਬੀਬੀ ਰਜਨੀ ਨੂੰ ਪਤਾ ਲੱਗਾ ਜਾਂ ਉਹਨੂੰ ਕੋੜੀ ਨੂੰ ਪਤਾ ਲੱਗਾ, ਸਿਰਫ ਇਹਨਾਂ ਦੋਵਾਂ ਨੂੰ ਪਤਾ ਲੱਗਾ ਅਤੇ ਇਹਨਾਂ ਨੇ ਜਾ ਕੇ, ਇਹਦਾ ਮਤਲਬ ਇਹ ਗੁਰੂ ਸਾਹਿਬ ਤੋਂ ਜ਼ਿਆਦਾ ਵੱਡੇ ਹੋ ਗਏ ਨਾ। ਜੇ ਇਹ ਨਾ ਉੱਥੇ ਜਾਂਦੀ ਜਾਂ ਰੋਟੀ ਮੰਗਣ ਨਾ ਜਾਂਦੀ ਜਾਂ ਉਹ ਪਿੰਗਲੇ ਨੂੰ ਨਾ ਬਿਠਾਉਂਦੀ ਜਾਂ ਉਹ ਪਿੰਗਲਾ ਨਾ ਨਹਾਉਂਦਾ, ਇਹਦਾ ਮਤਲਬ ਦਰਬਾਰ ਸਾਹਿਬ ਨਾ ਹੁੰਦਾ, ਫਿਰ ਇਹੀ ਕਹਿ ਸਕਦੇ। ਇਹਦਾ ਮਤਲਬ ਇਹ ਦਿਖਾਇਆ ਜਾ ਰਿਹਾ, ਇਹਦਾ ਮਤਲਬ ਅੰਮ੍ਰਿਤਸਰ ਦੀ ਮਹਾਨਤਾ ਨਾ ਹੁੰਦੀ। ਸੋ ਪੱਟੀ ਦੇ ਵਿੱਚ ਦੁਨੀ ਚੰਦ ਨਾਂ ਦਾ ਰਾਜਾ ਕੋਈ ਇੱਦਾਂ ਦਾ ਹੋਇਆ ਹੀ ਨਹੀਂਗਾ ਜਿਹਨੂੰ ਇਹ ਬਣਾਇਆ ਜਾ ਰਿਹਾ। ਕਿਹੜਾ ਰਾਜਾ ਸੀ ਉੱਥੇ, ਕਿਹੜੇ ਰਾਜਾ, ਮੁਗਲਾਂ ਦੇ ਰਾਜ ਵਿੱਚ, ਮੁਗਲਾਂ ਦਾ ਰਾਜ ਆ, ਠੀਕ ਹੈ ਜੀ। ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਜੀ ਦੇ ਟਾਈਮ 'ਤੇ ਅਕਬਰ ਗੱਦੀ ਦੇ ਉੱਤੇ ਬੈਠਾ ਹੋਇਆ ਅਤੇ ਅਕਬਰ ਦੇ ਟਾਈਮ ਵਿੱਚ ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਦੁਨੀ ਚੰਦ ਉੱਥੇ ਕਿਹੜਾ ਰਾਜਾ ਸੀ ਪੱਟੀ ਦੇ ਵਿੱਚ, ਜਾਂ ਸਰੋਤ ਹੀ ਨਹੀਂ ਕੋਈ ਸਾਡੇ ਕੋਲ, ਕੋਈ ਤਾਂ ਲੱਭੇ ਨਾ। ਧੀ ਨੇ ਕਿਹਾ ਕਿ ਮੈਂ ਰੱਬ ਦਾ ਦਿੱਤਾ ਖਾਣੀ ਹਾਂ, ਸੱਤਵੀਂ ਧੀ ਨੇ ਕਿਹਾ ਜੀ, ਅਤੇ ਸੱਤਵੀਂ ਧੀ ਨੂੰ ਉਹ ਕਹਿੰਦਾ ਗੁੱਸੇ 'ਚ ਆ ਗਿਆ ਕਿ ਮੈਂ ਹੁਣ ਤੈਨੂੰ ਨਾ ਉੱਥੇ ਵਿਆਹੂੰਗਾ, ਤੈਨੂੰ ਉੱਥੇ ਸੁੱਟੂੰਗਾ ਜਿੱਥੇ ਤੂੰ ਨਾ ਹੁਣ ਸਾਰੀ ਜ਼ਿੰਦਗੀ ਇਹ ਯਾਦ ਕਰੇਂਗੀ, ਠੀਕ ਹੈ ਜੀ। ਇੰਨੀ ਗੱਲ ਕਹਿਣ 'ਤੇ ਕਿੱਡੀ ਵੱਡੀ ਉਹ ਆਪਣੀ ਧੀ ਨੂੰ ਹੀ ਸਜ਼ਾ ਦੇਣ ਦੇ ਉੱਤੇ ਉਤਰ ਆਇਆ। ਇਕੱਲੀ ਇੰਨੀ ਗੱਲ ਪ੍ਰਚਲਿਤ ਹੋਈ, ਫਿਰ ਉਹ ਦੁਨੀ ਚੰਦ ਕਦੋਂ ਗੱਦੀ 'ਤੇ ਲੱਥਾ, ਕਦੋਂ ਉਹ ਮਰਿਆ, ਉਹਦਾ ਪਰਿਵਾਰਕ ਪਿਛੋਕੜ ਕੀ ਆ, ਉਹ ਰਾਜ ਗੱਦੀ ਕਦੋਂ ਦੀ ਚੱਲਦੀ ਆਉਂਦੀ, ਕਿੱਥੋਂ ਉਹਨੇ ਰਾਜ ਲਿਆ ਜੀ, ਠੀਕ ਹੈ ਜੀ। ਅੱਗੋਂ ਰਾਜਾ ਕੌਣ ਬਣਿਆ, ਕੁਛ ਵੀ ਨਹੀਂ ਮਿਲਦਾ। ਇਹ ਰਜਨੀ ਜਿਹੜੀ ਆ ਇਹਦਾ ਅੱਗੋਂ ਕੀ ਬਣਿਆ, ਸਿਰਫ ਇੰਨੀ ਕਹਾਣੀ ਉਸ ਅੰਮ੍ਰਿਤਸਰ ਤੱਕ ਜਾ ਕੇ ਕਾਲੇ ਕਾਵਾਂ ਤੋਂ ਅਤੇ ਉਹ ਕੋੜੇ ਦੇ ਠੀਕ ਹੋਣ ਤੋਂ ਬਾਅਦ ਮੁੜ ਕੇ ਅਗਲੀ ਗੱਲ ਕਿੱਥੇ ਗਈ, ਉਹ ਸਾਰੀ ਕਹਾਣੀ ਉੱਥੇ ਖੜ ਜਾਂਦੀ। ਫਿਰ ਅੱਗੋਂ ਜਾਂ ਤਾਂ ਲੱਭੋ ਨਾ, ਜਾਂ ਤਾਂ ਉਹ ਰਜਨੀ ਅਤੇ ਪਿੰਗਲਾ ਜਿਹੜੇ ਗੁਰੂ ਰਾਮਦਾਸ ਦੇ ਲੰਗਰ 'ਚ ਸੇਵਾ ਕਰਦੇ ਵਿਖਾਓ, ਕਿਤੇ ਉਹ ਸਰੋਵਰ 'ਚ ਮਿੱਟੀ ਪੁੱਟਦੇ ਵਿਖਾਓ, ਕਿਤੇ ਕਿਤੇ ਤਾਂ ਵਿਖਾਓ ਨਾ, ਮਿਲਦਾ ਹੀ ਨਹੀਂ ਕਿਤੇ। ਉਹ ਕਹਾਣੀ ਉੱਥੋਂ ਸ਼ੁਰੂ ਹੁੰਦੀ, ਉੱਥੇ ਜਾ ਕੇ ਖਤਮ ਹੋ ਜਾਂਦੀ। ਅਗਲੇ ਕੱਲ੍ਹ ਨੂੰ ਕਹਿਣਗੇ, ਕਹਿ ਵੀ ਰਹੇ ਨੇ ਵੀ ਹਾਂ ਜਿਹੜੀ ਇਹ ਜਗ੍ਹਾ ਸਾਡੀ ਹੈਗੀ ਆ ਜੀ, ਕੋਈ ਇਤਿਹਾਸਕਾਰ ਕਹਿੰਦੇ ਨੇ ਵੀ ਇਹ ਵਿਸ਼ਨੂੰ ਦਾ ਮੰਦਰ ਸੀ ਜੀ, ਕੋਈ ਇੱਥੇ ਦੇਵੀ ਦੇਵਤਿਆਂ ਦੀ ਧਰਤੀ ਸੀ ਜੀ, ਕੱਲ੍ਹ ਨੂੰ ਕੁਛ ਵੱਡਾ ਹਾਦਸਾ ਵੀ ਵਾਪਰ ਸਕਦਾ ਇਸ ਚੀਜ਼ ਨੂੰ ਲੈ ਕੇ। ਉਹਨਾਂ ਨੇ ਬਾਬਰੀ ਮਸਜਿਦ ਵਾਲੇ ਜਿੱਦਾਂ ਦੇ ਵੀ ਐਵੀਡੈਂਸ ਸਿਰਜੇ, ਜਿਹੜੇ ਸਿਰਜਦੇ ਆਏ ਸਾਲੋ ਸਾਲ ਸਿਰਜਦੇ ਆਏ, ਬਿਲਕੁਲ ਠੀਕ ਹੈ ਜੀ, ਉਹਨਾਂ ਨੇ ਉਹੀ ਭੁਗਤਾ ਕੇ ਉਹ ਸਾਰਾ ਕਰ ਲਿਆ ਨਾ ਉਹਨਾਂ ਨੇ।
ਸੁਰਖਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਬਹੁਤ ਸਾਰੀਆਂ ਦੰਦ ਕਥਾਵਾਂ ਅਤੇ ਮਿਥਿਹਾਸ ਕਦੋਂ ਇਤਿਹਾਸ ਬਣ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ। ਇਸੇ ਸੰਦਰਭ ਦੇ ਵਿੱਚ ਹਾਲ ਹੀ ਆਈ ਫਿਲਮ ਰਜਨੀ, ਜਿਸ ਦੇ ਵਿੱਚ ਹੇਠਾਂ ਲਿਖਿਆ ਹੈ ਕਾਗੋਂ ਹੰਸ ਕਰੇ, ਜੋ ਗੁਰਬਾਣੀ ਦੀ ਪੰਕਤੀ ਹੈ, ਕਾਫੀ ਚਰਚਾ ਦੇ ਵਿੱਚ ਹੈ। ਕੋਈ ਮਿਥਿਹਾਸ ਕਹਿ ਰਿਹਾ ਹੈ, ਕੋਈ ਇਤਿਹਾਸ ਕਹਿ ਰਿਹਾ ਹੈ। ਇਸ ਸੰਦਰਭ ਦੇ ਵਿੱਚ ਲਗਾਤਾਰ ਗੱਲਬਾਤ ਕਰਾਂਗੇ। ਵੀਰ ਸੁਖਵਿੰਦਰ ਸਿੰਘ ਜੀ ਦੰਦੇਰ ਸਾਡੇ ਨਾਲ ਹੋਣਗੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਤਿਹਾਸ ਅਤੇ ਮਿਥਿਹਾਸ ਇਸ ਦਾ ਸਦਾ ਹੀ ਰੌਲਾ ਰਿਹਾ ਹੈ, ਫਰਕ ਦੱਸੋ ਦੋਨਾਂ 'ਚ ਕੀ ਹੈ? ਇਤਿਹਾਸ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਜਿਹਦੇ ਬਾਬਤ ਨਾ ਕੋਈ ਸਾਰਾ ਕੁਛ ਜਿਹੜਾ ਉਹ ਬਰਾਬਰ ਪੱਕਾ ਮਿਲਦਾ ਹੋਵੇ। ਜਿਵੇਂ ਕੋਈ ਘਟਨਾ ਆ, ਕੋਈ ਵੀ ਇਤਿਹਾਸਿਕ ਪੱਖ ਆ, ਉਹਦੀ ਤਰੀਕ ਮਿਲਦੀ ਆ, ਇਹ ਕਦੋਂ ਹੋਈ, ਕਿਵੇਂ ਹੋਈ, ਕਿੱਥੇ ਹੋਈ, ਠੀਕ ਹੈ ਜੀ, ਉਹ ਸਾਰੇ ਤੱਥ ਜਦੋਂ ਮਿਲਦੇ ਉਹਨੂੰ ਇਤਿਹਾਸ ਕਹਿੰਦੇ ਹਾਂ ਆਪਾਂ ਜੀ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਬਾਬਤ ਕੁਛ ਵੀ ਕਿਤੇ ਇੱਦਾਂ ਦਾ ਨਹੀਂ ਮਿਲਦਾ, ਸਿਰਫ ਦੰਦ ਕਥਾਵਾਂ ਹੀ ਨੇ, ਸਿਰਫ ਗੱਲਬਾਤ ਹੀ ਆ, ਮੂੰਹ ਜ਼ਬਾਨੀ ਤੁਰਦੀ 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 ਅੱਗੇ ਤੋਂ ਅੱਗੇ ਸੁਣੀ ਤੋਂ ਸੁਣਾਈ ਦੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਰਹਿੰਦੀ ਆ। ਲੇਕਿਨ ਉਹਨਾਂ ਦਾ ਪਿਛੋਕੜ, ਉਹਨਾਂ ਦਾ ਥਾਂ ਥਿੱਥਾ, ਉਹਨਾਂ ਦੀ ਤਰੀਕ, ਕੁਛ ਵੀ ਇੱਦਾਂ ਦਾ ਨਹੀਂ ਮਿਲਦਾ। ਜਾਂ ਫਿਰ ਉਹਨਾਂ ਦੇ ਜੀਵਨ ਨਾਲ ਹੋਰ ਸੰਬੰਧਿਤ ਘਟਨਾਵਾਂ, ਗੱਲਾਂ ਬਾਤਾਂ, ਇਤਿਹਾਸਿਕ ਕੋਈ ਗੱਲਬਾਤ ਹੋਵੇ, ਹੋਰ ਕੁਛ ਵੀ ਨਹੀਂ ਮਿਲਦਾ। ਤਾਂ ਉਹ ਆਪਣੇ ਆਪ 'ਚ ਹੀ ਇਤਿਹਾਸ ਤੋਂ ਮਿਥਿਹਾਸ ਮੰਨਿਆ ਜਾਏਗਾ, ਕਿਉਂਕਿ ਜਿਹਦੇ ਬਾਰੇ ਇਤਿਹਾਸ ਦੇ ਵਿੱਚ ਪੱਖ ਹੀ ਕੋਈ ਨਹੀਂ ਸਮਝ ਆ ਰਿਹਾ ਕਿ ਉਹ ਕਿੱਥੋਂ ਜੰਮੇ, ਕਿਵੇਂ ਹੋਏ, ਕਿਵੇਂ ਨਾ ਹੋਏ, ਕੀ ਉਹਨਾਂ ਨੇ ਕੀਤਾ, ਕੀ ਨਹੀਂ ਕੀਤਾ, ਜਿਹੜੀਆਂ ਚੀਜ਼ਾਂ ਦੁਬਧਾ ਦੇ ਵਿੱਚ ਪਾਉਂਦੀਆਂ, ਦੁਬਧਾ ਦੇ ਵਿੱਚ ਹੈ ਨਾ, ਜਿਹਦੇ ਬਾਰੇ ਕਲੀਅਰ ਹੀ ਕੁਛ ਨਹੀਂ ਹੋ ਰਿਹਾ ਕਿ ਉਹ ਕੌਣ ਸੀ, ਕਿੱਥੇ ਸੀ, ਕਿਵੇਂ ਆ, ਉਹ ਆਪਣੇ ਆਪ 'ਚ ਹੀ ਮਿਥਿਹਾਸ ਹੋ ਜਾਂਦਾ। ਤੋ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਉਹਨਾਂ ਪੈਮਾਨਿਆਂ 'ਤੇ ਪੂਰੀਆਂ ਉਤਰਦੀਆਂ ਕਿ ਤਰੀਕ ਆ, ਥਾਂ ਆ, ਕਿੱਥੇ ਜਨਮ ਹੋਇਆ, ਉਹਨਾਂ ਦੇ ਨਾਲ ਜੀਵਨ ਦੇ ਨਾਲ ਸੰਬੰਧਿਤ ਹੋਰ ਘਟਨਾਵਾਂ, ਅਤੇ ਅਖੀਰ ਜੀਵਨ ਦੇ ਅੰਤ ਤੱਕ ਦਾ ਸਾਰਾ ਕੁਛ ਮਿਲਦਾ ਆ ਵੀ ਇਸ ਤਰੀਕ ਨੂੰ ਉਹਨਾਂ ਦੇ ਜੀਵਨ ਦਾ ਅੰਤ ਵੀ ਹੋਇਆ, ਉਹ ਆਪਣੇ ਆਪ 'ਚ ਇਤਿਹਾਸ ਹੁੰਦਾ। ਬੀਬੀ ਰਜਨੀ ਦਾ ਕਾਫੀ ਹੈਗਾ ਪ੍ਰਸੰਗ ਚੱਲ ਰਿਹਾ, ਪਹਿਲਾਂ ਵੀ ਇਸ 'ਤੇ ਇੱਕ ਫਿਲਮ ਬਣ ਚੁੱਕੀ ਹੈ, ਹੁਣ ਲਗਾਤਾਰ ਚਰਚਾ ਦੇ ਵਿੱਚ ਨੇ, ਹੈ ਨਾ। ਲੱਗਦਾ ਸਾਨੂੰ ਵੀ ਹਾਂ, ਜਿਹੜੇ ਉਹਦੇ ਪ੍ਰੋਡਿਊਸਰ ਹੁੰਦੇ ਨੇ ਜਾਂ ਉਸ ਨੂੰ ਫਿਲਮ ਨੂੰ ਬਣਾਉਣ ਵਾਲੇ ਜਾਂ ਜੋ ਵੀ ਉਹਨਾਂ ਦੀ ਟੀਮ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਉਹ ਕੁਝ ਇਤਿਹਾਸਿਕ ਪੱਖ ਨੂੰ ਸ਼ੋਅ ਕੇ ਫਿਲਮਾਂ ਬਣਾਉਂਦੇ ਹੋਣਗੇ ਜਾਂ ਉੱਦਾਂ ਹੀ ਜਿਹੜੀ ਚੀਜ਼ ਸਾਹਮਣੇ ਆਈ ਅਤੇ ਉਹਨਾਂ ਨੇ ਪੜ੍ਹਿਆ ਨਾਵਲ ਅਤੇ ਸਾਹਮਣੇ ਚੇਪ ਦਿੱਤੀ? ਇਹਦੇ 'ਚ ਨਾ ਕਈ ਵਾਰੀ ਇੱਦਾਂ ਲੱਗਦਾ ਜਿਵੇਂ ਹੁਣ ਇਹ ਫਿਲਮ ਹੀ ਆਈ ਆ ਕਿ ਇੱਕ ਤਾਂ ਜੋ ਕੁਝ ਉਹਨਾਂ ਨੂੰ ਮਾਰਕੀਟ 'ਚ ਪਸੰਦ ਆਵੇ, ਵੱਧ ਚੱਲੇ, ਉਹਨਾਂ ਨੂੰ ਉਹਨਾਂ ਨੇ ਉਹ ਚੁੱਕਣਾ ਹੁੰਦਾ। ਦੂਜਾ ਕਈ ਵਾਰੀ ਇੱਦਾਂ ਦਾ ਵੀ ਸ਼ੱਕ ਹੁੰਦਾ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ 'ਚ ਪਿੱਛੇ ਕੁਝ ਉਹ ਲੋਕ ਵੀ ਹੁੰਦੇ ਆ ਜਿਹੜੇ ਇਹਨਾਂ ਘਟਨਾਵਾਂ ਦੇ ਰਾਹੀਂ ਜਾਂ ਇਹਨਾਂ ਚੀਜ਼ਾਂ ਦੇ ਰਾਹੀਂ ਆਪਣੇ ਜਿਹੜੇ ਆ ਨਾ ਦੂਰ ਰਸੀ ਜਿਹੜੇ ਨਤੀਜੇ ਕੱਢਣੇ ਚਾਹੁੰਦੇ ਆ ਜੀ, ਜਿਨ੍ਹਾਂ ਨੇ ਦੂਰ ਦੀ ਸੋਚ ਕੇ ਨਿਸ਼ਾਨਾ ਲਾਇਆ ਕਿ ਇਸ ਸਾਰੇ ਕੁਛ ਦੇ ਵਿੱਚ ਦੀ ਅਸੀਂ ਕਿੱਥੇ ਤੱਕ ਪਹੁੰਚਣਾ ਅਤੇ ਇਹਦੇ 'ਚੋਂ ਕੱਢਣਾ ਕੀ ਆ ਜੀ। ਤੋ ਕਈ ਵਾਰੀ ਇਹਦੇ ਇਹਨਾਂ ਚੀਜ਼ਾਂ ਦੇ ਪਿਛੋਕੜ 'ਚ ਸਾਜ਼ਿਸ਼ਾਂ ਵੀ ਕੰਮ ਕਰਦੀਆਂ। ਕਈ ਵਾਰੀ ਜਿਹੜੇ ਸਾਹਮਣੇ ਬੰਦੇ ਜਿਹੜੇ ਉਸ ਚੀਜ਼ ਨੂੰ ਵਰਤ ਰਹੇ ਆ ਉਹ ਸਿਰਫ ਵਪਾਰਕ ਦ੍ਰਿਸ਼ਟੀ ਨਾਲ ਹੀ ਸੋਚਦੇ ਆ ਕਿ ਸਿਰਫ ਇਹਦੇ 'ਚੋਂ ਇੰਨਾ ਪੈਸਾ, ਕਿਉਂਕਿ ਇਹ ਚੀਜ਼ ਲੋਕਾਂ ਦੇ ਵਿੱਚ ਬੜੀ ਪ੍ਰਚਲਿਤ ਆ, ਲੋਕਾਂ 'ਚ ਬੜੀ ਹਰਮਨ ਪਿਆਰੀ ਆ ਅਤੇ ਲੋਕ ਇਹਨੂੰ ਵੇਖਣਗੇ ਅਤੇ 'ਚੋਂ ਪੈਸੇ ਆਉਣਗੇ। ਤੋ ਇਹ ਦੋਵੇਂ ਤਰੀਕੇ ਨਾਲ ਹੀ ਦੇਖਿਆ ਜਾ ਸਕਦਾ। ਸੋ ਜਿੱਥੇ ਤੱਕ ਹੁਣ ਸਿੱਖ ਧਰਮ ਦਾ ਮਸਲਾ ਆ ਜਾਂਦਾ ਤਾਂ ਯਕੀਨਨ ਸਿੱਖ ਧਰਮ ਦੇ ਵਿੱਚ ਜੇ ਇਹੋ ਜਿਹੀ ਕੋਈ ਦੁਬਧਾ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ 'ਤੇ ਪੈਸਾ ਵੀ ਖਰਚ ਕਰ ਰਿਹਾ, ਜਿੱਥੇ ਵਪਾਰਕ ਦ੍ਰਿਸ਼ਟੀਕੋਣ ਆ, ਯਕੀਨਨ ਇਹਦੇ ਪਿੱਛੇ ਸਾਜ਼ਿਸ਼ ਵੀ ਉਹ ਬਰਾਬਰ ਕੰਮ ਕਰਦੀ ਹੈ ਜਿਹੜੀ ਸਾਜ਼ਿਸ਼ ਗੁਰੂ ਸਾਹਿਬ ਨੂੰ ਛੋਟਿਆਂ ਅਤੇ ਕਿਸੇ ਹੋਰ ਇਹੋ ਜਿਹੇ ਵਿਅਕਤੀਵਾਦ ਨੂੰ ਜਿਹੜਾ ਉਹ ਉੱਚਾ ਵਿਖਾਉਣਾ ਚਾਹੁੰਦੀ ਹੈ ਕਿ ਗੁਰੂ ਸਾਹਿਬ ਨੂੰ ਨਹੀਂ ਉਹ ਗੱਲ ਸਮਝ ਲੱਗਦੀ, ਉਹ ਇਹਨਾਂ ਨੂੰ ਸਮਝ ਲੱਗਦੀ ਆ ਵੀ ਆਹ ਇੱਥੇ ਹੋ ਰਿਹਾ।
ਤੁਸੀਂ ਯਾਨੀ ਕਿ ਕਹਿਣਾ ਚਾਹੁੰਦੇ ਹੋ ਵੀ ਗੁਰੂ ਸਾਹਿਬ ਜੀ ਨੂੰ ਛੋਟਾ ਦਿਖਾਇਆ ਜਾ ਰਿਹਾ? ਛੋਟਾ ਦਿਖਾਇਆ ਜਾ ਰਿਹਾ ਕਿਸ ਤਰ੍ਹਾਂ? ਦੇਖੋ, ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਗੁਰੂ ਕੇ ਚੱਕ ਦੀ ਨੀਂਹ ਰੱਖੀ ਜਾਂਦੀ ਆ ਜੀ। ਬਾਬਾ ਜੇਠਾ ਜੀ ਨੇ ਉੱਥੇ ਉਹ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਇਹ ਸਾਰੀ ਸ਼ੁਰੂਆਤ ਕਰਵਾਈ ਜੀ। ਗੁਰਦੁਆਰਾ ਸਰੋਵਰ ਦੀ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ ਬਿਬੇਕ ਸਰ ਤੋਂ ਜੀ, ਸੰਤੋਖ ਸਰ ਤੋਂ ਜੀ, ਠੀਕ ਹੈ ਜੀ। ਉੱਥੇ ਗੁਰੂ ਕੇ ਮਹਿਲ ਉਸਰਨੇ ਸ਼ੁਰੂ ਹੁੰਦੇ ਆ ਕਿਉਂਕਿ ਗੁਰੂ ਸਾਹਿਬ ਦਾ ਉੱਥੇ ਜਾਣਾ ਆਉਣਾ ਲਗਾਤਾਰ ਬਣ ਰਿਹਾ ਸੀਗਾ ਜੀ। ਤਾਂ ਇਹ ਸਾਰਾ ਸਿਲਸਿਲਾ ਚੱਲ ਰਿਹਾ। ਹੁਣ ਉੱਥੇ ਗੁਰੂ ਅਮਰਦਾਸ ਜਦੋਂ ਜਾਂਦੇ ਆ, ਜਦੋਂ ਜਗ੍ਹਾ ਵੇਖਦੇ ਆ, ਪਸੰਦ ਕਰਦੇ ਆ ਵੀ ਇਸ ਜਗ੍ਹਾ 'ਤੇ ਆਪਾਂ ਇਹਨੂੰ, ਤਾਂ ਪਿੰਡਾਂ ਦੀ ਜਗ੍ਹਾ ਖਰੀਦੀ ਗਈ। ਹੁਣ ਉਹ ਪਿੰਡਾਂ ਵਾਲਿਆਂ ਨੂੰ ਸੁਲਤਾਨ ਪਿੰਡ ਦੀ ਜਗ੍ਹਾ ਜੀ, ਠੀਕ ਹੈ ਜੀ, ਗੁਮਟਾਲੇ ਦੀ ਜਗ੍ਹਾ ਆ, ਤੁੰਗ ਪਿੰਡ ਦੀ ਜਗ੍ਹਾ ਆ, ਉਹ ਪਿੰਡਾਂ ਵਾਲੇ ਜਿਨ੍ਹਾਂ ਤੋਂ ਜਗ੍ਹਾ ਖਰੀਦੀ ਉਹਨਾਂ ਨੂੰ ਨਹੀਂ ਇਹ ਪਤਾ ਵੀ ਇੱਥੇ ਇਹ ਕੁਛ ਹੋ ਰਿਹਾ ਜੀ। ਕਿੰਨੀ ਕਿੰਨੀ ਹਾਸੋਹੀਣੀ ਕਹਾਣੀ ਹੋ ਜਾਏਗੀ ਕਿ ਉਹਨਾਂ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਆਲੇ ਦੁਆਲੇ ਵਿਚਰਦੇ, ਜਿਨ੍ਹਾਂ ਕੋਲ ਜ਼ਮੀਨ ਖਰੀਦੀ ਗਈ ਆ ਅੰਮ੍ਰਿਤਸਰ ਸ਼ਹਿਰ ਵਸਾਉਣ ਲਈ, ਜਿਨ੍ਹਾਂ ਕੋਲ ਖਰੀਦੀ ਗਈ ਆ ਜਿਹੜਿਆਂ ਪਿੰਡਾਂ ਕੋਲ, ਉਹਨਾਂ ਨੇ ਕਦੀ ਕੁਛ ਨਹੀਂ ਉਦਾਂ ਦਾ ਵੇਖਿਆ ਆਲੇ ਦੁਆਲੇ। ਹਾਲਾਂਕਿ ਜਿੱਥੇ ਪਿੰਡਾਂ ਦੇ ਵਿੱਚ ਇਹ ਕੁਛ ਵਾਪਰਦਾ ਹੋਵੇ ਉੱਥੇ ਨੇੜੇ ਤੇੜੇ ਆਲੇ ਦੁਆਲੇ ਲੋਕ ਖੇਤਾਂ ਵਾਲੇ, ਹੋਰ ਪੱਠੇ ਡੱਕੇ ਵਾਲੇ, ਕਈ ਕੰਮਾਂ ਵਾਲੇ ਜਿਹੜੇ ਉੱਥੇ ਲੋਕ ਤੁਰੇ ਫਿਰਦੇ ਨੇ। ਉਹ ਵੀ ਪਹਿਲਾਂ ਕਾਲੇ ਕੌਂ ਵੜਦੇ ਕਿਸੇ ਨੇ ਨਹੀਂ ਦੇਖੇ। ਉਹ ਮਤਲਬ ਜੇ ਇਹੋ ਜਿਹੀ ਕੋਈ ਗੱਲ ਅਚਾਨਕ ਥੋੜ੍ਹਾ ਹੋ ਗਿਆ ਕਿ ਅੱਜ ਹੀ ਹੋਇਆ ਅਤੇ ਅੱਜ ਉੱਥੇ ਗਈ ਅਤੇ ਅੱਜ ਹੀ ਉਹ ਸਾਰਾ ਕੁਛ ਵਾਪਰਿਆ। ਜੇ ਜਿਹੜੀ ਇਹ ਛੱਪੜੀ ਦੀ ਗੱਲ ਕਰਦੇ ਆ ਵੀ ਉੱਥੇ ਉਹ ਸੀਗਾ ਪਾਣੀ ਖੜਾ, ਹੈ ਨਾ, ਜਾਂ ਉਹ ਢਾਬ ਸੀ ਜਾਂ ਟੋਭਾ ਜੋ ਵੀ ਸੀਗਾ, ਉਹ ਮਤਲਬ ਪਹਿਲਾਂ ਵੀ ਤਾਂ ਹੋਏਗਾ ਜੀ। ਉਹ ਗੁਰੂ ਅਮਰਦਾਸ ਉੱਥੇ ਜਾਂਦੇ ਆ, ਜਗ੍ਹਾ ਪਸੰਦ ਕਰਦੇ ਆ, ਪਿੰਡਾਂ ਵਾਲਿਆਂ ਕੋਲ ਜਗ੍ਹਾ ਖਰੀਦੀ ਜਾਂਦੀ ਆ, ਜਗ੍ਹਾ ਖਰੀਦਣ 'ਤੇ ਗੁਰੂ ਰਾਮਦਾਸ ਜੀ ਉੱਥੇ ਉਹ ਸਾਰੀ ਸ਼ੁਰੂ ਕਰਵਾਉਂਦੇ ਆ। ਗੁਰੂ ਰਾਮਦਾਸ ਜੀ ਦੇ ਵਾਰੇ ਪਾਰੇ ਦੇ ਵਿੱਚ ਉਹਨਾਂ ਦੀ ਦੇਖ ਰੇਖ 'ਚ ਸਾਰਾ ਉਹ ਉਸਾਰੀ ਅਤੇ ਸਰੋਵਰਾਂ ਦੀ ਪਟਾਈ ਸ਼ੁਰੂ ਹੁੰਦੀ ਆ, ਠੀਕ ਹੈ ਜੀ। ਤਾਂ ਹੁਣ ਉਹ ਜਿਹੜੀ ਰਜਨੀ ਆ ਉਹ ਉੱਥੇ ਜਾ ਕੇ ਉਹਨਾਂ ਨੂੰ ਸੂਚਨਾ ਦੇ ਰਹੀ ਆ ਕਿ ਉੱਥੇ ਇਸ ਜਗ੍ਹਾ ਦੇ ਉੱਤੇ ਆਹ ਕੁਛ ਹੋ ਰਿਹਾ ਜੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਨਹੀਂ ਪਤਾ, ਇਹਦਾ ਮਤਲਬ ਜਿਹੜੇ ਆਲੇ ਦੁਆਲੇ ਵੱਸਦੇ ਪਿੰਡ ਆ ਜਿਨ੍ਹਾਂ ਕੋਲ ਜਗ੍ਹਾ ਖਰੀਦੀ ਉਹਨਾਂ ਨੂੰ ਨਹੀਂ ਕਿਸੇ ਨੂੰ ਵੀ ਪਤਾ। ਇਹ ਸਿਰਫ ਬੀਬੀ ਰਜਨੀ ਨੂੰ ਪਤਾ ਲੱਗਾ ਜਾਂ ਉਹਨੂੰ ਕੋੜੀ ਨੂੰ ਪਤਾ ਲੱਗਾ, ਸਿਰਫ ਇਹਨਾਂ ਦੋਵਾਂ ਨੂੰ ਪਤਾ ਲੱਗਾ ਅਤੇ ਇਹਨਾਂ ਨੇ ਜਾ ਕੇ, ਇਹਦਾ ਮਤਲਬ ਇਹ ਗੁਰੂ ਸਾਹਿਬ ਤੋਂ ਜ਼ਿਆਦਾ ਵੱਡੇ ਹੋ ਗਏ ਨਾ। ਜੇ ਇਹ ਨਾ ਉੱਥੇ ਜਾਂਦੀ ਜਾਂ ਰੋਟੀ ਮੰਗਣ ਨਾ ਜਾਂਦੀ ਜਾਂ ਉਹ ਪਿੰਗਲੇ ਨੂੰ ਨਾ ਬਿਠਾਉਂਦੀ ਜਾਂ ਉਹ ਪਿੰਗਲਾ ਨਾ ਨਹਾਉਂਦਾ, ਇਹਦਾ ਮਤਲਬ ਦਰਬਾਰ ਸਾਹਿਬ ਨਾ ਹੁੰਦਾ। ਉਹ ਫਿਰ ਇਹੀ ਕਹਿ ਸਕਦੇ, ਇਹਦਾ ਮਤਲਬ ਇਹ ਦਿਖਾਇਆ ਜਾ ਰਿਹਾ, ਇਹਦਾ ਮਤਲਬ ਅੰਮ੍ਰਿਤਸਰ ਦੀ ਮਹਾਨਤਾ ਨਾ ਹੁੰਦੀ, ਮਤਲਬ ਗੁਰੂ ਸਾਹਿਬ ਫਿਰ ਚੋਣ ਨਾ ਕਰਦੇ। ਤਾਂ ਸਾਡੇ ਲੋਕ ਸਿਰਫ ਜਿਹੜਾ ਨਾ ਅੱਖਾਂ ਮੀਟ ਕੇ ਭੇਡ ਚਾਲ ਵਾਂਗੂ ਚੱਲਣ ਲੱਗ ਪੈਂਦੇ ਆ ਵੀ ਨਹੀਂ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ। ਰੌਲਾ ਇਹ ਨਹੀਂ ਗਾ ਕਿ ਕੋਈ ਉਹਦਾ ਹੱਕ ਪੂਰ ਰਿਹਾ ਜਾਂ ਉਹਦਾ ਵਿਰੋਧ ਕਰ ਰਿਹਾ, ਰੌਲਾ ਇਸ ਗੱਲ ਦਾ ਨਹੀਂ ਗਾ। ਸਗੋਂ ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਉਹਨੂੰ ਘੋਖਣਾ ਚਾਹੀਦਾ ਜੀ, ਵੇਖਣਾ ਚਾਹੀਦਾ। ਇਹ ਥੋੜ੍ਹੀ ਆ ਕਿ ਜੇ ਕੋਈ ਚੀਜ਼ ਆ ਗਈ ਆ ਜਾਂ ਅਸੀਂ ਕਿਸੇ ਤਰੀਕੇ ਨਾਲ ਸਾਡੇ 'ਚੋਂ ਪਾ ਦਿੱਤੀ ਆ ਤਾਂ ਅਸੀਂ ਉਹਨੂੰ ਅੰਨੇ ਥੂ ਮੰਨੀ ਜਾਣਾ ਜੀ, ਉਹਨੂੰ ਪੜ੍ਹਨਾ ਵਿਚਾਰਨਾ ਇਤਿਹਾਸ ਨੂੰ ਖੋਜਣਾ ਬੜਾ ਕੁਛ ਪੜ੍ਹਿਆ ਦੇਖਿਆ ਜਾ ਸਕਦਾ, ਸੋਚਿਆ ਜਾ ਸਕਦਾ, ਪਰ ਅਸੀਂ ਸਿਰਫ ਇੰਨਾ ਕਿ ਜੇ ਬੰਦੇ ਨੇ ਕਿਸੇ ਨੇ ਕਹਿਤਾ ਅਸੀਂ ਉਹਦੇ ਮਗਰ ਲੱਗ ਗਏ। ਚਲੋ, ਜਿਵੇਂ ਹੁਣ ਪੋਸਟਰ ਹੈ ਕਾਗੋਂ ਹੰਸ ਕਰੇ, ਬਹੁਤ ਸਾਰੇ ਲੋਕਾਂ ਨੇ ਥੱਲੇ ਇਹ ਵੀ ਕਮੈਂਟ ਕੀਤੇ ਨੇ ਵੀ ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿੱਤ ਨਾਤੈ ਕਊਆ ਹੰਸੋ ਹੈ। ਇਹਦਾ ਮਤਲਬ ਲੋਕ ਇਹ ਸਵਾਲ ਪੁੱਛ ਰਹੇ ਨੇ ਵੀ ਹਾਂ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ। ਹਾਂ ਲਿਖਿਆ, ਅਤੇ ਸਾਨੂੰ ਵੀ ਇਹ ਕਲੀਅਰ ਹੋਣਾ ਚਾਹੀਦਾ ਵੀ ਹੈ ਕਾਹਦੇ ਲਈ ਹੈ, ਇਹ ਕਾਂ ਕੌਣ ਹੈ, ਕਿਹੜਾ ਕਾਂ, ਬੰਦਾ ਹੀ ਕਾਂ ਬਣਿਆ ਤਾਂ ਨਹੀਂ ਬਣਿਆ ਹੋਇਆ ਕਿਤੇ? ਨਹੀਂ, ਦੇਖੋ ਜਿਹੜੀ ਤੁਸੀਂ ਤੁਕ ਪੜ੍ਹ ਰਹੇ ਹੋ ਉਹਨੂੰ ਗੌਰ ਨਾਲ ਪੜ੍ਹੋ, ਧਿਆਨ ਨਾਲ ਪੜ੍ਹੋ, ਵੇਖ ਕੇ ਪੜ੍ਹੋ। ਅੰਮ੍ਰਿਤਸਰ ਸਤਿਗੁਰ ਸਤਿਵਾਦੀ ਆ, ਸਤਿਗੁਰੂ ਅੰਮ੍ਰਿਤ ਸਰੋਵਰ ਆ ਜੀ, ਉਹ ਸਤਿਗੁਰੂ ਦੀ ਗੱਲ ਹੋ ਰਹੀ ਆ, ਉਹ ਕਿਸੇ ਸਰੋਵਰ ਦੀ ਜਾਂ ਪਾਣੀ ਦੀ ਗੱਲ ਨਹੀਂ ਹੋ ਰਹੀ।
ਸਤਿਗੁਰੂ ਸਰੋਵਰ ਦੀ ਗੱਲ ਹੋ ਰਹੀ ਹੈ, ਸਤਿਗੁਰੂ ਸਰੋਵਰ ਦੀ ਗੱਲ ਹੋ ਰਹੀ ਆ ਜੀ। ਗੁਰ ਸੰਤੋਖ ਸਰ ਵੀ ਲਿਖਿਆ ਹੋਇਆ, ਬਾਣੀ 'ਚ ਲਿਖਿਆ ਹੋਇਆ ਗੁਰੂ ਸੰਤੋਖ ਦਾ ਸਰੋਵਰ ਵੀ ਆ। ਬਿਲਕੁਲ ਜੀ। ਤੋ ਜਦੋਂ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਘੋਖ ਕੇ ਪੜ੍ਹਾਂਗੇ ਤਾਂ ਗੱਲ ਸਮਝ ਆਉਂਦੀ ਆ। ਅਸਲੀਅਤ ਵਿੱਚ ਰੌਲਾ ਇਹ ਨਹੀਂ ਗਾ ਕਿ ਉੱਥੇ ਕੋਈ ਕਾਂ ਚਿੱਟੇ ਹੋਏ ਨਹੀਂ ਹੋਏ, ਇਸ ਗੱਲ 'ਚ ਸਾਨੂੰ ਪੈਣ ਦੀ ਲੋੜ ਨਹੀਂ ਹੁੰਦੀ। ਰੌਲਾ ਇਹ ਆ ਕਿ ਜਿਹੜੀ ਗੱਲ ਗੁਰੂ ਸਾਹਿਬ ਸਾਡੇ ਪੱਲੇ ਬੰਨਣੀ ਚਾਹੁੰਦੇ ਆ ਉਹ ਇਹ ਆ ਕਿ ਜਿਹੜੇ ਕਾਂ ਬਿਰਤੀ ਵਾਲੇ ਲੋਕ ਆ ਨਾ, ਜਿਨ੍ਹਾਂ ਦੇ ਮਨ ਕਾਲੇ ਆ, ਜਦੋਂ ਉਹ ਗੁਰੂ ਦੀ ਸੰਗਤ ਵਿੱਚ ਜਾਂਦੇ ਆ, ਗੁਰੂ ਦੀ ਵਿਚਾਰ 'ਚ ਆਉਂਦੇ ਆ, ਤਾਂ ਯਕੀਨਨ ਗੁਰੂ ਦੀ ਵਿਚਾਰ 'ਚ ਆਉਣ ਨਾਲ ਉਹ ਹੰਸ ਹੁੰਦੇ, ਹੰਸ ਬਿਰਤੀ ਉਹ ਹੰਸ ਹੁੰਦੇ ਆ ਜੀ, ਉਹ ਬਕਾਇਦਾ ਹੰਸ ਹੁੰਦੇ ਆ। ਤਾਂ ਪਤਾ ਹੋਣਾ ਚਾਹੀਦਾ ਵੀ ਕਾਂ ਕੀ ਖਾਂਦਾ, ਉਹਦਾ ਆਹਾਰ ਕੀ ਹੈਗਾ। ਬਿਲਕੁਲ। ਅਤੇ ਹੰਸ ਦਾ ਆਹਾਰ ਕੀ ਹੈਗਾ। ਬਿਲਕੁਲ। ਜੇ ਆਪਾਂ ਉੱਪਰਲੇ ਤਲ ਤੋਂ ਵੀ ਇਹਦੇ ਅਰਥ ਲਾਈਏ ਤਾਂ ਸਾਨੂੰ ਘੱਟੋ ਘੱਟ ਕਾਂ ਦੀ ਬਿਰਤੀ ਤਾਂ ਪਤਾ ਹੋਣੀ ਚਾਹੀਦੀ ਆ। ਅਤੇ 2 ਮਿੰਟ ਪਹਿਲਾਂ ਤਾਂ ਉਹ ਮਾਰ ਲੱਗਿਆ ਹੋਇਆ ਸੀ ਚੁੰਝ ਮੱਖਣ ਦੇ ਵਿੱਚ, ਅਤੇ 2 ਮਿੰਟ ਬਾਅਦ ਹੀ ਰੂੜੀਆਂ ਫੋੜਦਾ ਨਜ਼ਰ ਆਉਂਦਾ। ਹਾਂ। ਅਤੇ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਕਹੀਆਂ ਹੋਇਆ ਨਾ ਵੀ ਹਾਂ ਕਾਂ ਜਿਹੜਾ ਹੈਗਾ ਉਹਦਾ ਕੰਮ ਜਿਹੜਾ ਐਂਡ 'ਤੇ ਜਾ ਕੇ ਇੱਥੇ ਹੀ ਨਿਬੜਦਾ, ਵੀ ਉਹਨੇ ਰੂੜੀਆਂ ਫਰੋਲੀਆਂ ਨੇ। ਹਾਂ, ਕਾਂ ਦੇਖੋ 2 ਬਿਰਤੀ ਰੱਖਦਾ, ਉਹ ਚੰਗੇ ਪਦਾਰਥਾਂ 'ਚ ਰੋਟੀ 'ਚ ਮੱਖਣ 'ਚ ਵੀ ਮੂੰਹ ਮਾਰ ਲਏਗਾ ਜੀ, ਠੀਕ ਹੈ ਜੀ। ਪਰ ਉਹ ਬਾਣੀ ਦੇ ਮੁਤਾਬਕ ਜਿੰਨੀ ਦੇਰ ਤੱਕ ਉਹਦੀ ਬਿਰਤੀ ਆ, ਜਿੰਨੀ ਦੇਰ ਤੱਕ ਉਹ ਗੰਦਗੀ 'ਚ ਮੂੰਹ ਨਹੀਂ ਮਾਰ ਲੈਂਦਾ ਉਹਨੂੰ ਸਵਾਦ ਨਹੀਂ ਆਉਂਦਾ। ਰੱਜੇ ਪੁੱਜੇ ਨੂੰ ਵੀ ਉਹਨੂੰ ਗੰਦਗੀ 'ਚ ਮੂੰਹ ਮਾਰਨ ਦੀ ਆਦਤ ਹੈਗੀ ਆ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁੱਖ ਗੋਹੈ। ਉਹਦਾ ਗੋਹੇ 'ਚ ਮੂੰਹ ਮਾਰਨ ਨੂੰ ਜੀ ਕਰਦਾ ਆ, ਤ੍ਰਿਪਤੀ ਉੱਥੇ ਹੋਣੀ। ਹਾਂ, ਤ੍ਰਿਪਤੀ ਉਹਦੀ ਉੱਥੇ ਜਾ ਕੇ ਹੁੰਦੀ ਆ ਵੀ ਸ਼ਾਇਦ ਇਹਦੇ 'ਚੋਂ ਕੁਛ ਲੱਭ ਜਾਣਾ ਨਾ, ਉਹਦੀ ਆਦਤ ਆ, ਠੀਕ ਹੈ। ਬੰਦੇ ਦੀ ਇਸ ਬਿਰਤੀ ਨੂੰ ਦਰਸਾਇਆ ਜਾ ਰਿਹਾ ਕਿ ਬੰਦਾ ਜਦੋਂ ਔਗਣ ਵੀ ਵਿਕਾਰ ਵੀ ਭੋਗਦਾ ਆ, ਇਹਨੂੰ ਇਹ ਵੀ ਪਸੰਦ ਆ, ਇਹਨਾਂ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਜੀ, ਅਤੇ ਇਹ ਦੂਜੇ ਪਾਸੇ ਧਾਰਮਿਕ ਜਿਹੜੇ ਕਰਮ ਆ ਉਹਨਾਂ ਵਿੱਚ ਵੀ ਹਿੱਸਾ ਲੈਂਦਾ, ਵੱਧ ਚੜ੍ਹ ਕੇ ਹਿੱਸਾ ਲੈਂਦਾ, ਧਰਮ ਕਰਮ ਵੀ ਪੂਰੇ ਕਰਦਾ ਅਤੇ ਨਾਲ ਵਿਕਾਰ ਭੋਗਣ ਨੂੰ ਵੀ ਇਹ ਪਹਿਲ ਦਿੰਦਾ। ਨਾਲੇ ਜੇ ਗੁਰਬਾਣੀ ਦੀ ਆਪਾਂ ਪੰਗਤੀ ਦੇ ਆਧਾਰ 'ਤੇ ਜਿਹੜੇ ਲੋਕ ਥੱਲੇ ਕਮੈਂਟ ਕਰ ਰਹੇ ਨੇ ਗੱਲ ਕਰੀਏ, ਉੱਥੇ ਕਾਂ ਦੇ ਹੰਸ ਬਣਾਉਣ ਦੀ ਗੱਲ ਹੈਗੀ ਹੈ, ਜਿਵੇਂ ਆਪਾਂ ਚਲੋ ਬਿਰਤੀ ਦੀ ਗੱਲ ਕਰਦੇ, ਜੇ ਆਪਾਂ 2 ਮਿੰਟ ਲਈ ਉੱਪਰਲੇ ਤਲ ਤੋਂ ਸੋਚੀਏ, ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉੱਥੇ ਕਾਲਾ ਕਾਂ ਵੜ ਕੇ ਚਿੱਟਾ ਕਾਂ ਬਣ ਕੇ ਨਿਕਲਣ ਦੀ ਗੱਲ ਚੱਲ ਰਹੀ ਹੈ, ਜਿਹੜੀ ਉਹ ਮਿਥਿਹਾਸ ਦੇ ਵਿੱਚ ਫਿਲਮ ਦੇ ਵਿੱਚ ਫਿਲਮਾਇਆ ਜਾ ਰਿਹਾ, ਪਰ ਗੁਰਬਾਣੀ 'ਤੇ ਹੰਸ ਬਣਨ ਦੀ ਗੱਲ ਕਰਦੀ ਹੈ ਨਾ। ਉੱਥੇ ਹੁਣ ਤੱਕ ਆਪਾਂ ਇਹੀ ਸੁਣਦੇ ਹਾਂ ਵੀ ਕਾਲੇ ਕਾਂ ਵੜਦੇ ਸੀ ਜੀ, ਚਿੱਟੇ ਹੋ ਕੇ ਨਿਕਲਦੇ ਸੀ। ਨਾਲੇ ਦੇਖੋ ਭਾਅ ਜੀ, ਉਹਦੇ 'ਚ ਗੱਲ ਇਹ ਆ ਦੇਖਣ ਵਾਲੀ ਕਿ ਕਾਂ ਦਾ ਕਾਲਾ ਹੋਣਾ ਬਿਮਾਰੀ ਨਹੀਂ ਉਹਨੂੰ ਕੋਈ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਕਾਲੀਆਂ ਨੇ, ਮੱਝਾਂ ਕਾਲੀਆਂ ਨੇ, ਕੁੱਤੇ ਕਾਲੇ ਆ, ਬਿੱਲੀਆਂ ਕਾਲੀਆਂ ਵਾਂ, ਠੀਕ ਹੈ ਜੀ। ਉਹ ਕਾਂ ਦਾ ਕਾਲੇ ਹੋਣਾ ਕੋਈ ਬਿਮਾਰੀ ਨਹੀਂ ਉਹਨੂੰ ਹੈਗੀ, ਉਹ ਕੋਈ ਉਹ ਆਪਣੇ ਕਾਲੇਪਣ ਤੋਂ ਕੋਈ ਇੰਨਾ ਪਰੇਸ਼ਾਨ ਜਾਂ ਤੰਗ ਨਹੀਂ ਆ ਕਿ ਆਤਮ ਹੱਤਿਆ ਕਰਨ ਨੂੰ ਫਿਰਦਾ ਸੀਗਾ, ਉਹ ਛੱਪੜ 'ਚ ਵੜ ਗਿਆ ਵੀ ਲੈ ਮੈਂ ਹੁਣ ਚਿੱਟਾ ਹੋ ਗਿਆ, ਮੈਂ ਕਾਲਾ ਇੱਥੇ ਰਹਿਣਾ ਹੀ ਨਹੀਂ ਗਾ ਅਤੇ ਉਹ ਚਿੱਟਾ ਹੋ ਗਿਆ ਅਤੇ ਬਾਹਰ ਨਿਕਲ ਗਿਆ। ਨਹੀਂ ਨਹੀਂ, ਉਹਦਾ ਕਾਲੇ ਹੋਣਾ ਕੋਈ ਬਿਮਾਰੀ ਨਹੀਂ ਆ, ਇਹ ਕੁਦਰਤ ਦੇ ਰੰਗ ਆ, ਕੁਦਰਤ ਨੇ ਉਹਨੂੰ ਸਿਰਜਿਆ ਆ ਜੀ। ਕਾਂ ਨੂੰ ਤਾਂ ਮੇਰੇ ਖਿਆਲ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਮੈਨੂੰ ਇਹ ਕਾਲਾ ਸਮਝ ਕੇ ਇਸ ਤਰ੍ਹਾਂ ਕਰਦੇ ਜਾਂ ਮੇਰੇ ਕਾਂ ਕਾਂ ਕਰਕੇ ਲੋਕ ਇੱਦਾਂ ਮੈਨੂੰ ਚੰਗਾ ਨਹੀਂ ਸਮਝਦੇ ਜੀ। ਕਾਂ ਨੂੰ ਤਾਂ ਕੁਛ ਵੀ ਨਹੀਂ ਪਤਾ, ਕਾਂ ਵਿਚਾਰਾ ਜਿਹੜਾ ਉਹ ਤਾਂ ਕਾਂ ਆ, ਉਹ ਤਾਂ ਆਪਣੇ ਜਿੱਦਾਂ ਦਾ ਬਣਿਆ ਕੁਦਰਤ ਵਿੱਚ ਉਹ ਖੁਸ਼ ਆ। ਜਿਵੇਂ ਉਹ ਇੱਕ ਪੱਟੀ ਦੇ ਰਾਜੇ ਦੀ ਗੱਲ ਆਉਂਦੀ ਆ ਵੀ ਉਹਦੀਆਂ ਲੜਕੀਆਂ ਸੀਗੀਆਂ ਕੁਛ ਇੱਦਾਂ, ਇਹ ਵੀ ਕੋਈ ਸਬੂਤ ਮਿਲਦੇ ਨੇ ਵੀ ਹਾਂ ਉੱਥੇ ਦਾ ਰਾਜਾ ਕੋਈ? ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਚੜ੍ਹਾਈ ਕਰਨ ਤੋਂ ਥੋੜ੍ਹਾ ਕੁ ਸਮਾਂ ਪਹਿਲਾਂ ਉਹਨਾਂ ਨੇ ਜੀ ਕਿਤਾਬ ਪੱਟੀ ਸ਼ਹਿਰ ਦੇ ਉੱਤੇ ਲਿਖੀ ਆ ਜੀ। ਉਹ ਚੰਗੇ ਇਤਿਹਾਸਕਾਰ ਸੀ, ਖੋਜ ਵਾਲੇ ਸੀਗੇ ਜੀ, ਠੀਕ ਹੈ ਜੀ। ਪੱਟੀ ਸ਼ਹਿਰ ਦੇ ਨਾਲ ਉਹਨਾਂ ਦਾ ਰਾਬਤਾ ਸੀਗਾ, ਪੱਟੀ ਦੇ ਨੇੜੇ ਉਹਨਾਂ ਦਾ ਪਿੰਡ ਆ ਜੀ, ਠੀਕ ਹੈ ਜੀ। ਉਹਨਾਂ ਨੇ ਕਿੰਨੀਆਂ ਕਿਤਾਬਾਂ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਖੋਜਬੀਨ ਕਰਕੇ ਅਤੇ ਪੂਰੀ ਪੜਤਾਲ ਨਾਲ ਬੜੀਆਂ ਸੋਹਣੀਆਂ ਸੂਝ ਵਾਲੀਆਂ ਕਿਤਾਬਾਂ ਜਿਹੜੀਆਂ ਉਹ ਉਹਨਾਂ ਨੇ ਪੰਥ ਦੀ ਝੋਲੀ 'ਚ ਪਾਈਆਂ ਜੀ। ਉਹਨਾਂ ਨੇ ਪੱਟੀ ਸ਼ਹਿਰ ਦੇ ਉੱਤੇ ਵੀ ਲਿਖਿਆ, ਔਰ ਪੱਟੀ ਸ਼ਹਿਰ ਦੇ ਉੱਤੇ ਲਿਖੀ ਹੋਈ ਇਸ ਕਿਤਾਬ ਦੇ ਵਿੱਚ ਜਦੋਂ ਰਜਨੀ ਦਾ ਜ਼ਿਕਰ ਆਉਂਦਾ
ਬੜੇ ਸਾਰੇ ਉਹਨਾਂ ਨੇ ਆਪਣੇ ਸੰਗੀਆਂ ਸਾਥੀਆਂ ਦਾ ਜ਼ਿਕਰ ਵੀ ਕੀਤਾ। 47 ਦੀ ਵੰਡ ਵੇਲੇ ਜਿਹੜੇ ਪੱਟੀ ਤੋਂ ਪਾਕਿਸਤਾਨ ਵਾਲੇ ਪਾਸੇ ਨੂੰ ਚਲੇ ਗਏ ਆਪਣੇ ਯਾਰ ਬੇਲੀ, ਉਹਨਾਂ ਦਾ ਜ਼ਿਕਰ ਵੀ ਕੀਤਾ, ਬੜਾ ਕੁਛ ਉਹਨਾਂ ਨੇ ਪੱਟੀ ਦੇ ਬਾਬਤ ਇੱਦਾਂ ਦਾ ਲਿਖਿਆ। ਲੇਕਿਨ ਜਦੋਂ ਉਹ ਰਜਨੀ ਵਾਲੇ ਮਸਲੇ 'ਤੇ ਆਉਂਦੇ ਆ, ਕਹਿੰਦੇ ਵੀ ਇਹਦੇ 'ਤੇ ਖੋਜ ਦੀ ਲੋੜ ਆ, ਪਤਾ ਨਹੀਂ ਅਜੇ ਜੀ, ਉਹ ਕੁਛ ਵੀ ਨਹੀਂ ਲਿਖਦੇ, ਇਹਦਾ ਮਤਲਬ ਕੁਛ ਹੈ ਹੀ ਨਹੀਂ। ਹਾਂ, ਹੈ ਹੀ ਨਹੀਂ ਗਾ। ਜੇ ਇੱਕ ਉਸ ਥਾਂ ਦਾ ਇਤਿਹਾਸਕਾਰ ਜਿਹੜਾ ਬਿਲਕੁਲ ਉੱਥੇ ਜੰਮਿਆ ਪਲਿਆ, ਜਿਹਨੇ ਸਾਰੀ ਜ਼ਿੰਦਗੀ ਉੱਥੇ ਬਤੀਤ ਕੀਤੀ ਆ, ਹੈ ਨਾ, ਜੇ ਉਸ ਇਤਿਹਾਸਕਾਰ ਨੂੰ ਵੀ ਕੋਈ ਇੱਦਾਂ ਦੀ ਚੀਜ਼ ਜਿਹੜੀ ਆ ਉਹ ਉੱਥੇ ਨਜ਼ਰ ਨਹੀਂ ਆਉਂਦੀ, ਉਹਦੇ ਹੱਥ ਨਹੀਂ ਲੱਗਦੀ, ਉਹ ਲਿਖਣ ਲਿਖਦਾ ਕੁਛ ਨਹੀਂ ਆ ਉਹਦੇ ਬਾਰੇ, ਕੋਈ ਟਿੱਪਣੀ ਨਹੀਂ ਇੱਦਾਂ ਦੀ ਕਰਦਾ, ਤਾਂ ਫਿਰ ਮੰਨਿਆ ਕੀ ਜਾ ਸਕਦਾ? ਸੋ ਪੱਟੀ ਦੇ ਵਿੱਚ ਦੁਨੀ ਚੰਦ ਨਾਂ ਦਾ ਰਾਜਾ ਕੋਈ ਇੱਦਾਂ ਦਾ ਹੋਇਆ ਹੀ ਨਹੀਂ ਗਾ ਜਿਹਨੂੰ ਇਹ ਬਣਾਇਆ ਜਾ ਰਿਹਾ। ਕਿਹੜਾ ਰਾਜਾ ਸੀ ਉੱਥੇ, ਕਿਹੜੇ ਰਾਜਾ? ਮੁਗਲਾਂ ਦੇ ਰਾਜ ਵਿੱਚ, ਮੁਗਲਾਂ ਦਾ ਰਾਜ ਆ, ਠੀਕ ਹੈ ਜੀ। ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਜੀ ਦੇ ਟਾਈਮ 'ਤੇ ਅਕਬਰ ਗੱਦੀ ਦੇ ਉੱਤੇ ਬੈਠਾ ਹੋਇਆ, ਅਤੇ ਅਕਬਰ ਦੇ ਟਾਈਮ ਵਿੱਚ ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਦੁਨੀ ਚੰਦ ਉੱਥੇ ਕਿਹੜਾ ਰਾਜਾ ਸੀ ਪੱਟੀ ਦੇ ਵਿੱਚ? ਜਾਂ ਸਰੋਤ ਹੀ ਨਹੀਂ ਕੋਈ ਸਾਡੇ ਕੋਲ, ਕੋਈ ਤਾਂ ਲੱਭੇ ਨਾ। ਜਿਹੜੀ ਆਪਾਂ ਸ਼ੁਰੂ 'ਚ ਗੱਲ ਕੀਤੀ ਆ ਮਿਥਿਹਾਸ, ਸਿਰਫ ਜਿਨ੍ਹਾਂ ਨੇ ਮਿਥਿਹਾਸ ਨੂੰ ਕੋਡ ਕੀਤਾ ਉਹਨਾਂ ਨੇ ਉਹ ਕਹਾਣੀ ਜ਼ਰੂਰ ਪਾ ਲਈ ਰਜਨੀ ਵਾਲੀ, ਵੀ ਉਹ ਇੱਦਾਂ ਇੱਦਾਂ, ਉਹਨੇ 7 ਧੀਆਂ ਨੂੰ ਪੁੱਛਿਆ, ਇੱਕ ਨੇ ਕਹਿ ਦਿੱਤਾ ਵੀ ਮੈਂ ਤਾਂ ਰੱਬ ਦਾ ਦਿੱਤਾ ਖਾਨੀ ਹਾਂ। ਪਹਿਲੀ ਗੱਲ ਵੇਖੋ, ਥੋੜ੍ਹਾ ਜਿਹਾ ਹੋਰ ਗੌਰ ਕਰੋ, ਧੀ ਨੇ ਕਿਹਾ ਕਿ ਮੈਂ ਰੱਬ ਦਾ ਦਿੱਤਾ ਖਾਨੀ ਹਾਂ, 7ਵੀਂ ਧੀ ਨੇ ਕਿਹਾ, ਅਤੇ 7ਵੀਂ ਧੀ ਨੂੰ ਉਹ ਕਹਿੰਦਾ ਗੁੱਸੇ 'ਚ ਆ ਗਿਆ ਕਿ ਮੈਂ ਹੁਣ ਤੈਨੂੰ ਨਾ ਉੱਥੇ ਵਿਆਹੂੰਗਾ, ਤੈਨੂੰ ਉੱਥੇ ਸੁੱਟੂੰਗਾ ਜਿੱਥੇ ਤੂੰ ਨਾ ਹੁਣ ਸਾਰੀ ਜ਼ਿੰਦਗੀ ਇਹ ਯਾਦ ਕਰੇਂਗੀ, ਠੀਕ ਹੈ ਜੀ। ਇੰਨੀ ਗੱਲ ਕਹਿਣ 'ਤੇ ਕਿੱਡੀ ਵੱਡੀ ਉਹ ਆਪਣੀ ਧੀ ਨੂੰ ਹੀ ਸਜ਼ਾ ਦੇਣ ਦੇ ਉੱਤੇ ਉਤਰ ਆਇਆ, ਮਤਲਬ ਅੰਦਾਜ਼ਾ ਲਾਇਆ ਜਾ ਸਕਦਾ ਜਿਹੜਾ ਆਪਣੀ ਧੀ ਨਾਲ ਇੰਨੀ ਕੁ ਗੱਲ ਤੋਂ ਏਡਾ ਵੱਡਾ ਮਸਲਾ ਉਹ ਸਿਰਜ ਕੇ ਬਹਿ ਗਿਆ, ਕਿੱਡਾ ਕੁ ਜ਼ਾਲਮ ਹੋਏਗਾ। ਅਤੇ ਜਿਹੜੇ ਉਹਦੇ ਜ਼ੁਲਮ ਆ ਉਹ ਆਲੇ ਦੁਆਲੇ ਦੇ ਪਿੰਡਾਂ 'ਚ ਉੱਥੇ ਇਲਾਕੇ ਦੇ ਵਿੱਚ ਬੋਲਦੇ ਕਿਉਂ ਨਹੀਂ ਗਏ? ਉਹ ਬਾਕੀ ਲੋਕਾਂ ਨਾਲ ਕੀ ਕਰਦਾ ਹੋਏਗਾ, ਉਹਦਾ ਕਿੱਦਾਂ ਦਾ ਰਾਜ ਪ੍ਰਬੰਧ ਹੋਏਗਾ ਜੀ, ਕਿੱਦਾਂ ਦਾ ਉਹਦਾ ਰਹਿਣ ਸਹਿਣ ਅਤੇ ਕਿੱਦਾਂ ਦਾ ਉੱਠਣ ਬੈਠਣ ਵੀ ਉਹ ਜਿਹੜੀ ਹੈਗੀ ਆ ਕਹਾਣੀ ਸਾਰੀ ਜਿਹਨੂੰ ਸਾਖੀ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਉਹ ਜ਼ੁਲਮ ਉਸ ਇਲਾਕੇ ਦੇ ਵਿੱਚ ਅਜੇ ਤੱਕ ਜੇ ਉਹ ਪਤਾ ਵੀ ਨਹੀਂ, ਇੰਨੀ ਕੁ ਗੱਲ 'ਤੇ ਆਪਣੀ ਧੀ ਨੂੰ ਨਹੀਂ ਬਖਸ਼ਦਾ ਰੱਬ ਬਣਿਆ ਬੈਠਾ ਕਿ ਤੂੰ ਮੈਨੂੰ ਨਹੀਂ ਰੱਬ ਕਿਹਾ, ਤੂੰ ਕਿਸੇ ਰੱਬ ਦੀ ਗੱਲ ਕਰ ਰਿਹਾ, ਪਰਜਾ ਦੇ ਨਾਲ ਕੀ ਕਰਦਾ ਹੋਊਗਾ, ਪਰਜਾ ਨਾਲ ਕੀ ਕਰਦਾ ਹੋਏਗਾ, ਠੀਕ ਹੈ ਜੀ। ਉਹ ਕਹਾਣੀਆਂ ਬਾਕੀ ਵੀ ਤਾਂ ਪ੍ਰਚਲਿਤ ਹੋਣ ਨਾ, ਫਿਰ ਇਕੱਲੀ ਇੰਨੀ ਗੱਲ ਪ੍ਰਚਲਿਤ ਹੋਈ, ਫਿਰ ਉਹ ਦੁਨੀ ਚੰਦ ਕਦੋਂ ਗੱਦੀ 'ਤੇ ਲੱਥਾ, ਕਦੋਂ ਉਹ ਮਰਿਆ, ਉਹਦਾ ਪਰਿਵਾਰਕ ਪਿਛੋਕੜ ਕੀ ਆ, ਉਹ ਰਾਜ ਗੱਦੀ ਕਦੋਂ ਦੀ ਚੱਲਦੀ ਆਉਂਦੀ, ਕਿੱਥੋਂ ਉਹਨੇ ਰਾਜ ਲਿਆ ਜੀ, ਠੀਕ ਹੈ ਜੀ। ਅੱਗੋਂ ਰਾਜਾ ਕੌਣ ਬਣਿਆ? ਕੁਛ ਵੀ ਨਹੀਂ ਮਿਲਦਾ। ਇਹ ਰਜਨੀ ਜਿਹੜੀ ਆ ਇਹਦਾ ਅੱਗੋਂ ਕੀ ਬਣਿਆ? ਸਿਰਫ ਇੰਨੀ ਕਹਾਣੀ, ਉਸ ਅੰਮ੍ਰਿਤਸਰ ਤੱਕ ਜਾ ਕੇ ਕਾਲੇ ਕਾਵਾਂ ਤੋਂ ਅਤੇ ਉਹ ਕੋੜੇ ਦੇ ਠੀਕ ਹੋਣ ਤੋਂ ਬਾਅਦ ਮੁੜ ਕੇ ਅਗਲੀ ਗੱਲ ਕਿੱਥੇ ਗਈ? ਉਹ ਸਾਰੀ ਕਹਾਣੀ ਉੱਥੇ ਖੜ ਜਾਂਦੀ। ਫਿਰ ਅੱਗੋਂ ਜਾਂ ਤਾਂ ਲੱਭੋ ਨਾ, ਜਾਂ ਤਾਂ ਉਹ ਰਜਨੀ ਅਤੇ ਪਿੰਗਲਾ ਜਿਹੜੇ ਗੁਰੂ ਰਾਮਦਾਸ ਦੇ ਲੰਗਰ 'ਚ ਸੇਵਾ ਕਰਦੇ ਵਿਖਾਓ, ਕਿਤੇ ਉਹ ਸਰੋਵਰ 'ਚ ਮਿੱਟੀ ਪੁੱਟਦੇ ਵਿਖਾਓ, ਕਿਤੇ ਕਿਤੇ ਤਾਂ ਵਿਖਾਓ ਨਾ, ਮਿਲਦੇ ਹੀ ਨਹੀਂ ਕਿਤੇ। ਉਹ ਕਹਾਣੀ ਉੱਥੋਂ ਸ਼ੁਰੂ ਹੁੰਦੀ, ਉੱਥੇ ਜਾ ਕੇ ਖਤਮ ਹੋ ਜਾਂਦੀ ਹੈ। ਹੁਣ ਜਿਵੇਂ ਦੁੱਖ ਪੰਜਨੀ ਬੇਰੀ, ਕਿ ਦੁੱਖ ਪੰਜਨ ਤੇਰਾ ਨਾਮ ਜੀ, ਜਿਹੜਾ ਇਹ ਏਰੀਆ ਨਾ, ਇੱਥੇ ਬੇਰੀਆਂ ਦੇ ਝੁੰਡ ਸੀਗੇ ਜੀ, ਠੀਕ ਹੈ ਜੀ। ਬਹੁਤ ਸਾਰੇ ਤੁਸੀਂ ਅੱਜ ਵੀ ਪੰਜਾਬ ਵਿੱਚ ਵੇਖੋਗੇ ਜਿੱਥੇ ਕਿਤੇ ਬੇਰੀਆਂ, ਉੱਥੇ ਬੇਰੀਆਂ ਦੇ ਦਰਖਤ ਬਹੁਤ ਸਾਰੇ ਹੋ ਗਏ। ਜਿਵੇਂ ਇੱਥੇ ਖਮਾਣੋ ਦੇ ਕੋਲੇ ਚੜੀ ਪਿੰਡ ਪੈਂਦਾ, ਉੱਥੇ ਉਹ ਝੜੀਆਂ ਤੋਂ ਜਿਹੜਾ ਚੜੀ ਪਿੰਡ ਬਣ ਗਿਆ ਅੱਗੇ, ਹੈ ਨਾ। ਤਾਂ ਇੱਥੇ ਦੇਖੋ ਲਾਚੀ ਬੇਰ ਜੀ, ਬਾਬਾ ਬੁੱਢਾ ਜੀ ਦੀ ਬੇਰ, ਠੀਕ ਹੈ ਜੀ। ਇੱਕ ਬੇਰੀ ਇਹ ਵੀ ਆ ਜਿਹਨੂੰ ਮੁੜ ਕੇ ਉਸੇ ਕਹਾਣੀ ਨਾਲ ਜੋੜ ਕੇ ਅਤੇ ਉਹ ਦੁੱਖ ਭੰਜਣੀ ਉਹਦਾ ਨਾਂ ਦੇ ਦਿੱਤਾ ਗਿਆ, ਠੀਕ ਹੈ ਜੀ। ਹੁਣ ਬੇਰੀਆਂ ਤਾਂ ਮੌਜੂਦ ਨੇ, ਹੋਰ ਵੀ ਬਾਕੀ ਵੀ ਮੌਜੂਦ ਆ ਜੀ। ਬੇਰੀ ਹੋਣੀ ਕੋਈ ਗੁਨਾਹ ਨਹੀਂ ਆ, ਬੇਰੀ ਹੋਣੀ ਕੋਈ ਉੱਥੇ ਗਲਤ ਨਹੀਂ ਆ ਜੀ। ਬੇਰੀ ਬਾਬਾ ਬੁੱਢਾ ਜੀ ਵਾਲੀ, ਜਿੱਥੇ ਬਾਬਾ ਬੁੱਢਾ ਜੀ ਬਹਿੰਦੇ ਰਹਿ ਜਾਂ ਛਾਵੇਂ ਬਹਿੰਦੇ ਸੀ ਜਾਂ ਜਿੱਥੋਂ ਦੇਖ ਰੇਖ ਸਾਰੇ ਪ੍ਰਬੰਧ ਹੀ ਕਰਦੇ ਸੀਗੇ, ਬਾਬਾ ਬੁੱਢਾ ਜੀ ਵਾਲੀ ਮੌਜੂਦ ਆ ਜੀ। ਕਿਸੇ ਨੂੰ ਕੋਈ ਇਤਰਾਜ਼ ਥੋੜ੍ਹੀ ਉੱਥੇ? ਬਿਲਕੁਲ ਜੀ। ਜੇ ਇਹ ਬੇਰੀ ਹੈ ਤਾਂ ਇਹਦਾ ਵੀ ਕਿਸੇ ਨੂੰ ਇਤਰਾਜ਼ ਥੋੜ੍ਹੀ ਆ, ਬੇਰੀ ਦਾ ਹੋਣਾ ਉੱਥੇ ਕੋਈ ਗੁਨਾਹ ਨਹੀਂ ਹੁੰਦਾ ਜੀ।
ਜੇ ਮੇਰੀ ਰੰਗਤ ਜਿਹੜੀ ਆ ਉਹ ਗਲਤ ਦਿੱਤੀ ਗਈ ਹੈ, ਰੰਗਤ ਕਿਉਂਕਿ ਉਹ ਪਿਛੋਕੜ 'ਚ ਕਹਾਣੀ ਉਹ ਖੜੀ ਆ ਜੀ, ਪਿਛੋਕੜ 'ਚ ਕਹਾਣੀ ਉਹ ਖੜੀ ਆ। ਅਤੇ ਜਦੋਂ ਅਸੀਂ ਅੰਧ ਵਿਸ਼ਵਾਸੀ ਹੋ ਕੇ ਪੱਟੀ ਅੰਨੀ ਸ਼ਰਧਾ ਦੀ ਬੰਨ ਲੈਂਦੇ ਹਾਂ, ਉਦੋਂ ਫਿਰ ਅਸੀਂ ਉਹ ਸਾਰਾ ਕੁਛ ਤੁਰੇ ਜਾਂਦੇ ਹਾਂ, ਫਿਰ ਸਾਨੂੰ ਜਿਹੜਾ ਕੋਈ ਸਾਹਮਣੇ ਕਹਿੰਦਾ ਵੀ ਆ ਉਹ ਵੀ ਸਾਨੂੰ ਬੁਰਾ ਲੱਗਦਾ, ਮਾੜਾ ਲੱਗਦਾ, ਗਲਤ ਲੱਗਦਾ, ਪਾਪੀ ਲੱਗਦਾ ਕਿ ਇਹ ਕਿਉਂ ਕਹਿੰਦਾ। ਪਰ ਸਾਨੂੰ ਥੋੜ੍ਹਾ ਜਿਹਾ ਬਿਰਤੀ ਆਪਣੀ ਪੜ੍ਹਨ ਵਾਲੀ, ਸਮਝਣ ਵਾਲੀ ਬਣਾਉਣੀ ਚਾਹੀਦੀ ਹੈ, ਗੁਰਬਾਣੀ ਨੂੰ ਗੁਰਬਾਣੀ ਦੀ ਤਰ੍ਹਾਂ ਦੇਖਣਾ ਚਾਹੀਦਾ, ਗੁਰਬਾਣੀ ਨੂੰ ਇੱਦਾਂ ਦੀਆਂ ਕਹਾਣੀਆਂ 'ਚ ਨਹੀਂ ਉਲਝਾਉਣ ਦੀ ਲੋੜ ਹੁੰਦੀ। ਗੁਰੂ ਸਾਹਿਬ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਸਾਨੂੰ ਉਸੇ ਹਿਸਾਬ ਨਾਲ ਹੀ ਦੇਖਣ ਦੀ ਲੋੜ ਆ ਜੀ। ਤੋ ਦੂਜੀ ਗੱਲ ਕਿ ਜੇ ਅੱਜ ਰਜਨੀ ਵਾਲੀ ਗੱਲ ਆ ਤਾਂ ਉਹ ਜੇ ਉੱਥੇ ਉਸ ਸਾਰੇ ਸਿਲਸਿਲੇ ਨੂੰ ਖੋਜਬੀਨ ਕਰਕੇ ਥੋੜ੍ਹਾ ਜਿਹਾ ਅਸੀਂ ਆਪਣੀ ਸੁਰਤ ਨੂੰ ਗੁਰੂ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਹਾਂ ਵੀ ਗੁਰੂ ਸਮਰੱਥ ਆ ਜੀ, ਗੁਰੂ ਵੱਡਾ ਆ, ਗੁਰੂ ਮਹਾਨ ਆ, ਗੁਰੂ ਸਭ ਕੁਝ ਕਰਨ ਦੇ ਸਮਰੱਥ ਆ, ਠੀਕ ਹੈ ਜੀ। ਤਾਂ ਆਪਾਂ ਨੂੰ ਗੁਰੂ ਵੱਲ ਮੁੜਨਾ ਚਾਹੀਦਾ। ਬਿਲਕੁਲ, ਇਹਦੇ ਨਾਲ ਇਹ ਨਹੀਂ ਕਿ ਉੱਥੇ ਦਰਬਾਰ ਸਾਹਿਬ ਦੀ ਕੋਈ ਮਹਾਨਤਾ ਘੜਨੀ ਆ ਜਾਂ ਉਹ ਅੰਮ੍ਰਿਤਸਰ ਦੀ ਮਹਾਨਤਾ ਨੂੰ ਕੋਈ ਸੱਟ ਵੱਜਣੀ ਆ, ਨਹੀਂ ਨਹੀਂ, ਸਾਨੂੰ ਸਗੋਂ ਮਿਥਿਹਾਸ ਨੂੰ ਪਾਸੇ ਕਰਨ ਦੀ ਲੋੜ ਆ ਜੀ। ਅੰਮ੍ਰਿਤਸਰ ਦੀ ਮਹਾਨਤਾ ਗੁਰੂ ਕਰਕੇ ਆ, ਦਰਬਾਰ ਸਾਹਿਬ ਦੀ ਮਹਾਨਤਾ ਗੁਰੂ ਕਰਕੇ ਆ ਜੀ, ਦਰਬਾਰ ਸਾਹਿਬ ਦਾ ਇਤਿਹਾਸਿਕ ਪਿਛੋਕੜ ਆ। ਬਿਲਕੁਲ ਠੀਕ ਹੈ ਜੀ। ਅਗਲੇ ਕੱਲ ਨੂੰ ਕਹਿਣਗੇ, ਕਹਿ ਵੀ ਰਹੇ ਨੇ ਵੀ ਹਾਂ ਜਿਹੜੀ ਇਹ ਜਗ੍ਹਾ ਸਾਡੀ ਹੈਗੀ ਆ ਜੀ, ਕੋਈ ਇਤਿਹਾਸਕਾਰ ਕਹਿੰਦੇ ਨੇ ਵੀ ਇਹ ਵਿਸ਼ਨੂੰ ਦਾ ਮੰਦਰ ਸੀ ਜੀ, ਕੋਈ ਇੱਥੇ ਦੇਵੀ ਦੇਵਤਿਆਂ ਦੀ ਧਰਤੀ ਸੀ ਜੀ, ਕੱਲ ਨੂੰ ਕੁਛ ਵੱਡਾ ਹਾਦਸਾ ਵੀ ਵਾਪਰ ਸਕਦਾ ਇਸ ਚੀਜ਼ ਨੂੰ ਲੈ ਕੇ। ਹਾਂ ਉਹ ਵੇਖੋ ਸਾਡੇ ਸਾਹਮਣੇ ਹੁਣ ਤੋਂ ਜਾਗਣਾ ਚਾਹੀਦਾ ਨਾ, ਉਹਨਾਂ ਨੇ ਬਾਬਰੀ ਮਸਜਿਦ ਵਾਲੇ ਜਿੱਦਾਂ ਦੇ ਵੀ ਐਵੀਡੈਂਸ ਸਿਰਜੇ, ਜਿਹੜੇ ਸਿਰਜਦੇ ਆਏ ਸਾਲੋ ਸਾਲ ਸਿਰਜਦੇ ਆਏ, ਬਿਲਕੁਲ ਠੀਕ ਹੈ ਜੀ, ਉਹਨਾਂ ਨੇ ਉਹੀ ਭੁਗਤਾ ਕੇ ਉਹ ਸਾਰਾ ਕਰ ਲਿਆ ਨਾ ਉਹਨਾਂ ਨੇ, ਠੀਕ ਹੈ ਜੀ। ਕੱਲ੍ਹ ਨੂੰ ਅੱਜ ਜਿਹੜੇ ਐਵੀਡੈਂਸ ਉਹ ਸਿਰਜ ਰਹੇ ਆ, ਜਿਹਦੇ ਵਿੱਚ ਸਾਡੇ ਵੀ ਬੜੇ ਛਾਲਾਂ ਮਾਰ ਮਾਰ ਕੇ ਅੱਗੇ ਕੁੱਦ ਕੁੱਦ ਕੇ ਅਤੇ ਕਹਿੰਦੇ ਆ ਵੀ ਸਾਡਾ ਤਾਂ ਸ਼ਰਧਾ ਦਾ ਪਾਖਾ ਜੀ ਇੱਦਾਂ ਇੱਦਾਂ, ਜਿਹੜੇ ਅੱਖਾਂ ਮੀਟ ਕੇ ਨਾ, ਕੱਲ੍ਹ ਨੂੰ ਇਹੀ ਐਵੀਡੈਂਸ ਜਿਹੜੇ ਸਾਡੇ ਇਹਨਾਂ ਦੇ ਆਪਣਿਆਂ ਦੇ ਸਿਰਜੇ ਹੋਏ ਆ ਵੀ ਅਸੀਂ ਨਹੀਂ ਸਿਰਜੇ ਤੁਹਾਡੇ ਕਹਿੰਦੇ ਆ ਜੀ, ਤਾਂ ਉਹੀ ਉਹ ਕਿਤੇ ਨਾ ਕਿਤੇ ਭੁਗਤਾ ਵੀ ਸਕਦੇ ਆ। ਬਿਲਕੁਲ, ਤਾਂ ਸਾਨੂੰ ਅੰਧ ਵਿਸ਼ ਖੈਰ ਆਪਾਂ ਇਹਨੂੰ ਵੀ ਛੱਡ ਦਈਏ, ਅੰਧ ਵਿਸ਼ਵਾਸ ਜਿਹੜਾ ਨਾ ਉਹਨੂੰ ਗੁਰੂ ਦੀ ਰੋਸ਼ਨੀ 'ਚ, ਗੁਰੂ ਦੇ ਉਪਦੇਸ਼ ਦੇ ਪੱਖ ਵਿੱਚ ਜਾ ਕੇ ਸਾਨੂੰ ਉਹਨੂੰ ਘੋਖਣਾ ਜ਼ਰੂਰ ਚਾਹੀਦਾ, ਵੇਖਣਾ ਚਾਹੀਦਾ। ਜ਼ਰੂਰੀ ਨਹੀਂ ਗਾ ਕਿ ਅਸੀਂ ਅੱਖਾਂ ਮੀਟ ਕੇ ਜਿੱਦਾਂ ਦਾ ਹੈਗਾ ਉਦਾਂ ਦਾ ਤੁਰੇ ਜਾਈਏ। ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਸਾਨੂੰ ਇਸ ਗੱਲ ਦੇ ਉੱਪਰ ਜਾਗਰੂਕ ਹੋਣਾ ਚਾਹੀਦਾ ਅਤੇ ਸਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਅਸੀਂ ਖੋਜ ਪੜਤਾਲ ਕਿਸ ਤਰ੍ਹਾਂ ਕਰਨੀ ਹੈ। ਇਹ ਨਹੀਂ ਵੀ ਜਿਹੜੀ ਕਹਾਣੀ ਆਈ ਚੱਕ ਕੇ ਉੱਥੇ ਫਿਲਮ ਬਣੀ ਅਤੇ ਅਸੀਂ ਇਹ ਪਾੜ ਲਿਆ ਵੀ ਹਾਂ ਇਹ ਬਿਲਕੁਲ ਸੱਚੀ ਹੀ ਹੋਏਗੀ। ਇਸ ਲਈ ਸਾਨੂੰ ਆਪ ਪੜ੍ਹਨਾ ਚਾਹੀਦਾ, ਆਪ ਖੋਜ ਕਰਨੀ ਚਾਹੀਦੀ ਹੈ। ਜਿਵੇਂ ਇਸ ਰਜਨੀ ਵਾਲੇ ਮਸਲੇ ਦੇ ਉੱਪਰ ਇੱਕ ਵੀ ਕੋਈ ਇੱਦਾਂ ਦਾ ਪਰੂਫ ਜਾਂ ਕੋਈ ਕਿਤਾਬ ਜਾਂ ਸਾਡੇ ਕੋਲ ਕੋਈ ਲਿਟਰੇਚਰ ਨਹੀਂ ਮਿਲਦਾ ਜਾਂ ਪੁਰਾਣੀ ਕਿਤਾਬ, ਬੜੀ ਸੋਹਣੀ ਵੀਰ ਜੀ ਉਹਨਾਂ ਨੇ ਵਿਆਖਿਆ ਕੀਤੀ ਹੈ, ਬੜੀ ਸੋਹਣੀ ਗੱਲਬਾਤ ਕੀਤੀ ਹੈ। ਲੋਕਾਂ ਦੇ ਸਵਾਲ ਸਨ ਜਿਹੜੇ ਗੁਰਬਾਣੀ ਦੀਆਂ ਪੰਕਤੀਆਂ ਹੇਠਾਂ ਲਿਖ ਰਹੇ ਸਨ ਵੀ ਗੁਰੂ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ, ਪਰ ਉਸ ਫਲਸਫੇ ਨੂੰ ਸਮਝਣ ਦੀ ਲੋੜ ਹੈ, ਉਸ ਭਾਵ ਅਰਥ ਨੂੰ ਸਮਝਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਅਮਰਪ੍ਰੀਤ ਸਿੰਘ ਗੁੱਜਰਵਾਲ, ਸੁਰਖਾਬ ਟੀ ਵੀ ਤੋਂ।